ਥਾਂ ਕੱਢੀ ਬੈਠੇ ਆ, ਦੁਕਾਨ ਦੇ ਵਿੱਚ ਬੈਠੇ ਆ, ਆਲੇ ਦੇ ਥਾਂ ਮੂਹਰੇ ਸੜਤਾ, ਪਸੰਦਾ ਠੀਕ ਹੈ ਨੀ, ਆਪਦਾ ਥਾਂ ਇਕੱਠਾ ਕਰਕੇ ਆਪਦਾ ਲਾ ਦਾਂਗੇ। ਰੇਟ ਤਾਂ ਲਾਣੇ ਦਾ ਦੱਸੂਗਾ ਉਹਨਾਂ ਨੂੰ, ਹੋ ਕੇ ਮੈਨੂੰ ਤਾਂ ਸੰਗ ਲੱਗਦੀ ਆ ਸੁਣਦੇ ਨੂੰ। ਹਾਂ ਤੀਵੀਂ ਅਜੇ ਸਾਰ ਲੂ, ਬੰਦੇ ਨੂੰ ਬਸ਼ਰਮੀ ਪਾਓ ਮਾਰ ਦੂ ਪਾ ਕੇ, ਹੌਲੀ ਹੌਲੀ ਬਾਂਡੇ ਜੂਲੇ ਦੇ ਦੂਏ ਜੁੜੇ ਹੋਏ ਬਲਦ ਦੇ ਨਾਲ ਬੰਨ ਲੈਂਦੇ ਆ, ਉਹ ਹੌਲੀ ਹੌਲੀ ਉਹਦੇ ਨਾਲ ਚੱਲਦਾ ਚੱਲਦਾ ਉਹ ਹਿੱਲ ਜਾਂਦਾ, ਫਿਰ ਉਹਦੇ 'ਤੇ ਹੌਲੀ ਹੌਲੀ ਆਪਾਂ ਜੂਲਾ ਧਰ ਕੇ ਚਲਾਉਣ ਲਾ ਲੈਂਦੇ ਹਾਂ। 26,000, 27,000 ਹਰੀਆਂ ਬੰਗਾਂ ਨੇ, ਹਰੀਆਂ ਬੰਗਾਂ ਪਾ ਲੈ ਜਾ ਮੇਲੇ ਦੇ ਵਿੱਚ ਆਏ ਆ, ਖੜਕਾ ਲੈ ਤੂੰ ਵੀ ਮਾਰ, ਇੱਕ ਤੂੰ ਵੀ ਮਾਰ। वीडियो सबसे पहले देखने के लिए चैनल को सब्सक्राइब करें, घंटी का बटन ऑल पे कर दें ताकि सभी नोटिफिकेशन आप तक सबसे पहले पहुंच जाए। धन्यवाद। छोटा क्यों वो बकरा पा में बकरी से ले ला के बेच लेंगे? ना ना ਉਹ ਕੋਈ ਚਾਹ ਮਾਨ ਸ਼ੌਂਕ ਦਾ ਮੁੱਲ ਲਾਉਣ ਵਾਲਾ ਹੈ ਕੋਈ? ਹਾਂ ਐ ਚੱਲ ਬਾਬੇ ਨਾਲ ਪਿੰਡ ਆਪਾਂ ਗੱਲਾਂ ਬਾਤਾਂ ਹੀ ਕਰ ਲਾਂਗੇ, ਮਨੋਰੰਜਨ ਕਰ ਲਾਂਦੇ ਬਾਬੇ ਨਾਲ। ਕੋਈ ਸ਼ੌਂਕ ਦੇ ਮੁੱਲ ਵਾਲਾ ਹੈ? ਸ਼ੌਂਕ ਦਾ ਕੀ ਮੁੱਲ ਹੁੰਦਾ ਬਈ, ਪਤਾ ਕੋਈ ਕੀ ਲਾ ਦੇ? ਕਿਉਂ ਜੀ ਆਪਣੇ ਕੰਮ ਦਾ ਨਹੀਂ ਹੈਗਾ, ਆਪਾਂ ਦੂਸਰੇ ਹਾਂ ਪਾ ਕੇ, ਹੌਲੀ ਹੌਲੀ ਬਾਂਡੇ ਜੂਲੇ ਦੇ ਦੂਏ ਜੁੜੇ ਹੋਏ ਬਲਦ ਦੇ ਨਾਲ ਬੰਨ ਲੈਂਦੇ ਆ, ਉਹ ਹੌਲੀ ਹੌਲੀ ਉਹਦੇ ਨਾਲ ਚੱਲਦਾ ਚੱਲਦਾ ਉਹ ਹਿੱਲ ਜਾਂਦਾ, ਫਿਰ ਉਹਦੇ 'ਤੇ ਹੌਲੀ ਹੌਲੀ ਆਪਾਂ ਜੂਲਾ ਧਰ ਕੇ ਚਲਾਉਣ ਲਾ ਲੈਂਦੇ ਹਾਂ। ਇਹਨੂੰ ਹੌਲੀ ਹੌਲੀ ਲਾਣੇਦਾਰ ਮੰਡੀ 'ਚ ਲਿਆਉਣ ਸਿਖਾਉਂਦਾ ਹਲੇ। ਹੈਂਜੀ ਨਾ ਵਧੀਆ ਮੇਮਨਾ ਜੀ, ਕੋਈ ਮਾੜਾ ਨਹੀਂ। ਰੇਟ ਤਾਂ ਲਾਣੇਦਾਰ ਦੱਸੂਗਾ ਉਹਨਾਂ ਨੂੰ, ਹੋ ਕੇ ਮੈਨੂੰ ਤਾਂ ਸੰਗ ਲੱਗਦੀ ਆ ਸੁਣਦੇ ਨੂੰ। ਹਾਂ ਤੀਵੀਂ ਅਜੇ ਸਾਰ ਲੂ, ਬੰਦੇ ਨੂੰ ਬਸ਼ਰਮੀ ਪਾਓ ਮਾਰ ਦੂ। ਹਾਂ ਉਹ ਮੂੰਹ ਲੁਕੋ ਕੇ ਵੀ ਲੰਘ ਜੂਗੀ, ਬੰਦੇ ਨੂੰ ਲੰਘਣਾ ਔਖਾ ਹੈ। ਹਾਂ ਤੂੰ ਕਿਹੜੇ ਸਕੂਲ 'ਚ ਪੜ੍ਹਿਆ, ਤੈਨੂੰ ਜਵਾਬ ਨਾਲ ਦੀ ਨਾਲ ਦਊਂਗਾ ਮੈਂ। ਹਾਂ ਕਿਉਂ ਜੀ? ਹਾਂਜੀ ਸਤਿ ਸ਼੍ਰੀ ਅਕਾਲ, ਆ ਗਿਆ ਜੀ ਆ ਗਿਆ। ਹਾਂ ਜੀ ਚੰਗਾ, ਉਲਟ ਵੀ ਸਾਨੂੰ ਦੱਸੂਗੀ ਵੀ ਤੂੰ ਐਂ ਕਰ ਲੈ। ਦੰਦ ਤਾਂ ਤੁਹਾਨੂੰ ਮੈਂ ਦੱਸੂ, ਜੇ ਮੇਰੇ ਤੋਂ ਵੀ ਲੋਟ ਨਾ ਆਏ ਤਾਂ ਭਾਈ ਆਪਣੀ ਆਪ ਲਾਣਾ ਬਾਣਾ ਦੱਸੂ, ਜਿਹੜੇ ਭਾਈ ਖੜੇ ਨੇ ਪੂਰੇ ਹੀ ਹੋ ਗਈ ਜੀ। ਨਾ ਸਹੀ ਹੈ ਗੱਲ ਜੀ, ਝੂਠ ਕੋਈ ਝੂਠ ਨੀ, ਸੌਦਾ ਤਾਂ ਮੈਂ ਤਾਂ ਕਰੂੰ ਜੇ ਅਗਲੇ ਦੇ ਮੇਚ ਆਊ, ਥਾਂ ਕੱਢੀ ਬੈਠੇ ਆ, ਦੁਕਾਨ ਦੇ ਵਿੱਚ ਬੈਠੇ ਆ, ਅਗਲੇ ਦੇ ਥਾਂ ਮੂਹਰੇ ਸੜਤਾ, ਪਸੰਦ ਆਊ ਠੀਕ ਹੈ ਨੀ, ਆਪਦਾ ਥਾਂ ਇਕੱਠਾ ਕਰਕੇ ਆਪਦਾ ਲਾ ਦਾਂਗੇ। ਹਾਂ ਕਿਉਂ ਜੀ ਫਿਰ ਇਹ ਛੇੜਾਂਗੇ ਅਗਲੇ ਨੂੰ। ਸੌਦਾ ਕਰ ਜੀ, ਇਹ ਮੈਨੂੰ ਪਤਾ ਨੀ ਵੀ ਕਿਹੜੇ ਬਾਈ ਦੀ ਇਹ, ਆਪਾਂ ਇੱਧਰ ਆ ਫਿਰ ਮੇਰੇ ਬਾਂਡੇ ਜੀ, ਛੋਟੇ ਬਾਈ ਤੇਰੀ ਹੈ, ਗੱਲ ਸੁਣ, ਜਾਇਜ਼ਾ ਮੁੱਲ ਦੱਸੀ, ਉਹ ਮੁੱਲ ਨਾ ਕਰੀ ਜਿਹੜੇ ਅਸੀਂ ਡਰ ਕੇ ਭੱਜੀਏ, ਜੇ ਵੇਚਣ ਆਏ ਇਮਾਨਦਾਰੀ ਜੀ ਨਾਲ ਦੱਸ ਦੇ, ਫਿਰ ਆਪਾਂ ਬਾਈ ਨਾਲ ਗੱਲਬਾਤ ਕਰਦੇ। ਮੁੱਲ ਤਾਂ 50 ਕਰਦਾ ਲੈਣ ਦੇ, 47 ਦੇ ਦੂੰਗਾ। 47 ਕਿੰਨਾ ਹੁੰਦਾ? 40 ਤੇ 7, 40 ਤੇ 7 ਜੀ, ਠੀਕ ਹੈ ਠੀਕ ਹੈ, ਸਵਾਦ ਵਾਲੀ ਗੱਲ। 40 ਤੇ 7000 ਮੰਗਦਾ ਜੀ, ਤੁਸੀਂ ਵੀ ਕੁਛ ਲਾਓ ਜੇ ਪੱਠ ਪਸੰਦ ਹੈ। ਹੈਂ
ਮੇਰੇ ਕੰਨ 'ਚ ਫੂਕ ਮਾਰਦੇ, ਮੈਂ ਕਹਿ ਕੇ ਤਾਂ ਪੈਂਡਾ ਛਡਾਵਾਂ ਕੁਛ। ਗੱਲ ਸਿਆਣੀ ਆ ਬਾਈ ਜੀ, ਕੁਛ ਨਾ ਕੁਛ ਕਹਿਣ ਦਾ ਹੱਕ ਤਾਂ ਹੈ। ਹਾਂ ਜੀ ਹਾਂ, ਜਿੱਦਾਂ ਪ੍ਰਮਾਤਮਾ ਰੇਂਜ 'ਚ ਕਰ ਹੀ ਦੇਵੇ, ਇਹ ਗੱਲ ਬਾਰੇ ਕੋਈ ਪਤਾ ਨਹੀਂ ਹੁੰਦਾ। ਜੇ ਲੱਡੂ ਭੋਰਾਂਗੇ ਫੇਰ ਹੀ ਭਰੂਗਾ। ਜਾ ਬਾਈ ਸੱਦਿਆ ਤੈਨੂੰ। ਨਾ ਖੜ ਜੀ, ਮੈਂ ਆਵਾਂ ਜੀ। ਛੱਬੀ ਹਜ਼ਾਰ, ਸਤਾਈ ਹਜ਼ਾਰ, ਕਿਉਂ ਜੀ? ਹੋਰ ਮਾੜੀ ਮੋਟੀ ਕੋਈ ਰਸਤਾ ਵੀ ਇੱਧਰ ਨੂੰ ਜਾ ਰਸਤੇ ਮਾੜਾ ਮੋਟਾ? ਪੰਜਾ ਛਿੱਕਾ, ਦੁੱਗਾ ਤਿੱਕਾ। ਮੇਰੇ ਵਰਗਾ ਬੰਦਾ ਨੀ ਤੈਨੂੰ ਲੱਭਣਾ। ਕੋਈ ਨੀ, ਤੂੰ ਨਾ ਲਈ ਖੜ ਜਾ, ਖੜ ਕੇ ਦੇਖ ਤਮਾਸਾ ਮਿੱਤਰਾ ਵੀ ਭੰਗੜੇ ਬਾਬੇ ਕਿਵੇਂ ਪਾਉਂਦੇ ਨੇ, ਕਿਉਂ ਜੀ? ਹਾਂ, 28,000 ਦੀ ਦੇਉਂਗੇ, 30,000 ਦੀ ਖੁਸ਼ ਹੈ ਲਾਤਾ ਮੇਲਾ। ਹੁਣ ਚੱਲਿਆ ਮੈਂ ਬਸ, ਚਰਨੇ ਹੁਣ ਤੇਰੀ ਰੇਂਜ 'ਚ ਹੈ, ਮੈਨੇ ਨਹੀਂ ਲੈਣੀ ਬੱਕਰੀ। ਹੁਣ ਉਹ ਚਰਨਾ ਜੀ ਸਾਡਾ ਬੰਦਾ, ਉਹ ਆ ਜਾ ਵਿੱਚ ਮੈਦਾਨ ਨਾਲ। ਉਹਦਾ ਜਾਣਦੇ ਯਾਰ, ਹੁਣ ਚਰਨਾ ਖੜਾ, ਉਹਨਾਂ ਨੂੰ ਕੋਈ ਗੱਲ ਨੀ, ਉਹ ਬੇਚਾਰਿਆਂ ਦੇ ਨਹੀਂ ਰੇਂਜ 'ਚ ਕਿਸੇ ਦੇ ਗੱਲ ਨੀ। ਲੈ ਵੀ 45 ਤੇ ਆ ਗਿਆ, ਵੇਚਣੀ ਹੈ, ਵੇਚਣ ਵਾਲੀ ਗੱਲ ਕਰਾਂ ਹੁਣ? ਉਹਨਾਂ ਕਰਾ ਜਾ, ਹੱਥ ਦੂਆ ਕਰ, ਉਹ ਚੱਲ ਇਹ ਵੀ ਠੀਕ ਹੈ। ਹੈ ਤਾਂ ਲਕਸ਼ਮੀ ਓਏ, ਮਾਇਆ ਤਾਂ ਲਕਸ਼ਮੀ ਇੱਕੋ ਹੀ ਹੈ। ਇਹ ਲੈ ਗੱਲ ਸੁਣ ਲੈ, ਕਸਾਈਆਂ ਦਾ ਕੋਈ ਫਾਇਦਾ ਨਹੀਂ, ਇੱਕ 'ਚ ਜੱਬ ਵੱਢ ਕੇ ਜਾਊਂਗਾ। 32,000 ਦੀ ਬੇਇੱਜ਼ਤੀ ਤੇਰੀ ਪੱਠ, ਕਿਉਂ ਜੋਗਰਾਜ ਜੀ? ਠੀਕ ਹੈ ਜੀ, ਜੋ ਕਰ ਰਹੇ ਹੋ ਲੋਟ ਹੈ, ਚੱਲੀ ਚੱਲ। ਦੇਖਿਆ ਅੱਜ ਕੀ ਕਿਹਾ, ਅੱਜ ਚੱਲੀ ਚੱਲ, ਚੱਲੀ ਵੀ ਚੱਲੂ, ਗੈਲ ਮੋਢਿਆਂ ਤੇ ਵੀ ਖੜਾ ਖੜਾ ਬਾ, ਠੀਕ ਹੈ। 33 ਦੀ, 34 ਦੀ, ਇੱਕੋ ਸੁਰ ਚ ਕਹੂੰਗਾ ਹੁਣ, 35 ਦੀ ਵੇਚਣੀ ਹੈ। ਲੈ ਬਾਈ ਤੇਰੀ ਸਾਈ, ਮੰਨ ਗਿਆ, ਫੜ ਖੁਸ਼ ਹੋ। ਹਾਂ ਆ ਜਾ ਉਰੇ, ਆ ਜਾ ਖਾਨ ਸਾਹਿਬ, ਆ ਜਾ ਇੱਥੇ ਆ ਬਾਂਡੇ। ਤੂੰ ਕੀ ਦੂਸਰਾ ਹੈ? ਮੈਂ ਤਾਂ ਤੈਨੂੰ ਦੂਸਰਾ ਨਹੀਂ ਸਮਝਦਾ, ਮਿੱਤਰ ਹੈ ਉਹਦਾ। ਮੈਂ ਕਦੋਂ ਸਮਝਦਾ ਤੈਨੂੰ ਦੂਸਰਾ? ਜਾਂ ਮੇਲੇ ਚ ਆਇਆ ਸਾਡਾ ਭਾਈ ਹੈ, ਭਾਈ ਹੈ, ਭਾਈ ਹੈ। ਕੀ ਫਰਕ ਕਰਾ ਗਿਆ ਹੁਣ? ਗੱਲ ਸੁਣਾ, ਇਹ ਹਰੀਆਂ ਬੰਗਾਂ ਨੇ, ਹਰੀਆਂ ਬੰਗਾਂ ਪਾ ਲੈ, ਮੇਲੇ ਦੇ ਵਿੱਚ ਆਇਆ, ਖੜਕਾ ਲੈ, ਟਾਈਮ ਹੈ ਹਜੇ, ਕੱਚੀ ਹੈ ਇਹ ਉੱਤੋਂ ਥੱਲਿਓਂ, ਪਤਾ ਨੀ ਰੱਬ ਨੂੰ ਕੀ ਬਣ ਗਏ। ਸ਼ਾਬਾਸ਼ੇਸ਼ ਮੁੰਡੇ ਦੇ, ਇਹ ਖੜਾ ਮੇਰੇ ਮੋਢੇ ਨਾਲ ਮੋਢਾ ਲਾਈ। ਪਹਿਲਾ ਪੁੱਤ ਪਹਿਲਾ ਮੁੱਲ ਭਾਗਾਂ ਵਾਲੇ ਨੂੰ ਲੱਗਦਾ ਹੁੰਦਾ, ਗਾਹਕ ਤੇ ਵੈਰੀ ਆਉਂਦਾ, ਪੁੱਛ ਲਈਏ ਸਿਆਣਾ ਉਹ ਹੁੰਦਾ, ਇਹ ਤੈਨੂੰ ਮੈਂ ਦੱਸ ਦਿੰਦਾ, ਗਾਹਕ ਤੇ ਵੈਰੀ ਆਉਂਦਾ ਪੁੱਛ। ਬੋਲੀਆਂ ਗੱਲਾਂ ਕਰਦਾ ਕਹਿੰਦਾ 100 ਹੋਰ ਪਾ ਦੇ, ਐ ਨਹੀਂ ਪੈਂਦਾ, ਮੈਂ ਮੇਰੀ ਹੋਰ ਮਰਜ਼ੀ ਤੋਂ ਪਾਉਂ, ਮੈਨੂੰ ਕੱਚਾ ਪਵਾਉਣਾ ਖਰਜਾ। ਹਾਂ ਦੱਸ, ਖਾ ਲੈ, ਇੰਨਾ ਕੁ ਵੇਚਦਾ, ਲੈ ਲਾਂਗੇ, ਕੋਈ ਨੀ, ਦੱਸ ਦੇ ਤੂੰ ਅਗਲੇ ਨੂੰ, ਮੈਂ ਤਾਂ ਮੇਰੀ ਮਰਜ਼ੀ ਤੋਂ ਪਾਉਂ, 100 ਸੂ ਨਹੀਂ ਪਾਉਂਦਾ। ਇਹ ਕੀ ਕਹਿੰਦਾ? ਕਹਿੰਦਾ 150 ਹੋਰ ਫਾ ਲੈ, ਲੈ 100-150 ਪੁਰਾ ਕਰ, ਹੱਥ ਓਏ ਵੇਚਦੇ ਆ, ਸਹੀ ਵੇਚੀ, ਸਹੀ ਵੇਚੂ, ਸਹੀ ਵੇਚੂ, ਮੈਨੂੰ ਤਰਾਰੇ ਬੜੇ ਆਉਂਦੇ ਨੇ ਬਾਬੇ ਜੀ, ਜਿਵੇਂ ਅਸਰ ਆਇਆ ਹੁੰਦਾ। ਹਾਂ ਪਿਛਾ ਹੋ, ਮਰ ਜਾ, ਬੰਦਾ ਕਰ ਖੜਾ, ਇੱਕ ਸੁਰ 'ਚ ਵੇਚਤੀ ਆ, ਲੈ ਦੁਬਾਰਾ ਦੁਬਾਰਾ ਨਹੀਂ ਕਹਿੰਦਾ। ਕਿੰਨੇ ਲਾਏ ਨੇ ਮੈਂ ਭੁੱਲ ਗਿਆ ਤੀ, 35, 35 'ਚ ਸੱਟ ਮਾਰਤੀ, 37,000 ਦੀ ਵੇਚਤੀ, ਬਸ ਪੁੱਛ ਲੈ।
ਨਾ 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 ਬਸ ਬਸ ਆਖਰੀ ਆਖਰੀ ਦਾ ਮੁੱਲ ਆਖਰੀ ਉਹਨੇ ਕਹਿੰਦੀ 500 ਪਾ ਦੇ ਮੈਂ 1500 ਇਮਾਨਦਾਰੀ ਤੋਂ ਵਧਾਤਾ 100 ਕਹਿੰਦਾ ਸੀ ਹਾਂ 100 ਕਹਿੰਦਾ ਸੀ 100 ਕਹਿੰਦਾ ਸੀ 1900 ਪਾਤਾ 1900 ਵੱਜ ਗਈ ਖੰਭਾ ਇਹ ਮੌਕਾ ਪੋਚ ਲਈ ਇਹ ਮੌਕਾ ਪੋਚ ਲਈ ਮਨਾ ਇਹਨੂੰ ਕੋਡੀ ਕੋਡੀ ਕਾਹਦੇ ਪਿੱਛੇ ਰੱਖਦਾ ਹੁਣ ਤੂੰ ਕੀ ਆਖਿਆ ਤੂੰ ਕੀ ਆਖਿਆ ਸਿਰਾ ਚਾੜਤੀ ਇਹ ਰਾਜੂ ਹੋਰਾਂ ਨੀ ਚਾੜੀ ਹੈ ਸਿਰੇ ਹਜੇ ਵੀ ਲੈ ਲੈ ਫੜ ਉੱਥੇ ਚੱਕ ਚੱਕ ਖੁਸ਼ ਹੈ ਜਮਾ ਖੋਲੋ ਇਹਦੀ ਵੀਡੀਓ ਬਣਵਾਈਏ ਪੈਕ ਕਰ ਆ ਜਾ ਲੈ ਇੱਥੇ ਆ ਜਾ ਸ਼ਰਮਾ ਜੀ ਬਹੁਤ ਅਸਲੀ ਬੜਾ ਫਸਵਾ ਮੈਚ ਸੀ ਇਹ ਮਸਾ ਫਾਈਨਲ ਹੋਇਆ ਮੰਡੀ ਆ ਜੀ ਉਹ ਇਹਦੀ ਇਮਾਨਦਾਰੀ ਗੱਬਣ ਕਹਿੰਦਾ ਨਹੀਂ ਗੱਲ ਸੁਣ ਦੁੱਗਣੇ ਪੈਸੇ ਲਏ ਜਾਣਗੇ ਇਹਨੇ ਕਿਹਾ ਵੀ ਗੱਬਣ ਇਹ 36,000 ਦਾ ਆਜਾ ਬਾਈ ਹੁਣ ਇੱਧਰ ਤੂੰ ਮੈਂ ਲੈਣਾ ਦਾ ਮਤਿਆਨ ਉਹ ਬਾਈ ਉਰੇ ਆ ਮੈਂ ਲਊਂਦਾ ਮਤਿਆਨ ਸਾਰਾ ਅਗਲੇ ਨੇ ਵੀ ਪੈਸੇ ਲਾਏ ਨੇ ਵੀਰੇ ਗੱਬਣ ਕਿੰਨੇ ਚਿਰ ਦੀ ਹੈ ਗੱਬਣ ਪੱਕੀ ਹੈ ਲੈ ਭਾਈ ਚਰਨਿਆ ਇਹ ਬਾਈ ਕਹਿੰਦਾ ਗੱਬਣ ਦੀ ਮੇਰੀ ਗਰੰਟੀ ਹੈ ਜੇ ਨਾ ਜੇ ਕਹਿੰਦਾ ਪੱਠ ਹੋਈ ਖਾਲੀ ਤਾਂ ਕਹਿੰਦਾ ਪੈਸੇ ਲੈ ਲਈ ਚਰਨਾ ਲੈਣ ਵਾਲਾ ਇਹਨਾਂ ਨੇ ਕਿਹਾ ਵੀ ਇਹ 2.5 ਤੋਂ ਉੱਤੇ ਹੈ 3 ਮਹੀਨਿਆਂ ਤੋਂ ਥੋੜੀ ਜੀ ਘੱਟ ਹੈ ਗੱਬਣ ਠੀਕ ਹੈ ਗਰੰਟੀ ਹੈ ਠੀਕ ਹੈ ਕਹਿੰਦਾ ਜੇ ਖਾਲੀ ਨਿਕਲੇ ਤਾਂ ਮੇਰੇ ਆਪਦੇ ਪੈਸੇ ਵਾਪਸ ਲੈ ਜੀ ਠੀਕ ਹੈ ਜੀ ਲੈ ਮੁੰਡਾ ਪੈਸੇ ਦੇਈ ਆਪਾਂ ਦੇ ਪੈਸੇ ਆ ਬੰਨ ਆਪਣੇ ਕੀਲੇ ਤੇ ਜਗਦੀਸ਼ ਲੈ ਫੜ ਉਹਦੇ ਚੋਲੀ ਚ ਰੱਸਾ ਪਾ ਸੱਚ ਪਾ ਪਾ ਖੁਸ਼ ਹੋ ਕੇ ਇਹਦੇ ਚਰਨੇ ਦੇ ਨਾ ਖਰਜਾ ਬਾਬਾ ਇਹਨੂੰ ਸਾਗਨ ਕਰ ਲਾਉਂਦੇ ਸਾਗਨ ਤਾਂ ਕਰ ਅਗਲੇ ਆ ਲੈ ਚੈ ਲੈ ਜਾ ਬੰਨ ਕਿਆ ਹੋਏ ਰੱਬ ਵਾਧਾ ਕਰੇ ਤੈਨੂੰ ਦੇ ਦੇਣਾ ਬਾਈ ਪੈਸੇ ਨਾ ਕੋਈ ਨਾ ਕੋਈ ਨਾ